ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਗੁਰਜੋਤ ਸੰਧੂ। ਸਰਕਾਰ ਤੇ ਸਸਪੈਂਸ ਖਾਸ ਪੇਸ਼ਕਸ਼ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਗੱਲ ਕਰਾਂਗੇ ਕੋਟਕਪੂਰਾ ਦੀ, ਜਿੱਥੇ ਕਿ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ। ਪਰਿਵਾਰ ਤੇ 45 ਮੈਂਬਰੀ ਕਮੇਟੀ ਦੇ ਕੁਝ ਮੈਂਬਰ ਤੇ ਸਰਕਾਰ ਦੀ ਹਾਲੇ ਦੇ ਵਿੱਚ ਬੈਠਕ ਜਾਰੀ ਹੈ, ਬੈਠਕ ਹੋ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਬੈਠਕ ਹੋਈ ਸੀ ਜਿਸ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ। ਹਾਲਾਂਕਿ ਆਸ਼ਵਾਸਨ ਦਿੱਤਾ ਗਿਆ, ਭਰੋਸਾ ਦਿੱਤਾ ਗਿਆ ਕਿ ਕਾਰਵਾਈ ਕੀਤੀ ਜਾਏਗੀ, ਸੰਸਕਾਰ ਕਰ ਦਿੱਤਾ ਜਾਵੇ, ਪਰ ਪਰਿਵਾਰ ਨੇ ਨਹੀਂ ਮੰਨੀ। ਬੈਠਕ ਕੀਤੀ ਗਈ, ਉਸਦੇ ਵਿੱਚ ਸਿੱਟਾ ਨਹੀਂ ਨਿਕਲਿਆ। ਅਤੇ ਫਿਲਹਾਲ ਦੀ ਗੱਲ ਕਰੀਏ ਤਾਂ 45 ਮੈਂਬਰੀ ਕਮੇਟੀ ਦੇ ਵਿੱਚੋਂ ਕੁਝ ਮੈਂਬਰ, 7-8 ਦੇ ਕਰੀਬ ਮੈਂਬਰ ਅਤੇ ਉਸ ਤੋਂ ਇਲਾਵਾ ਪਰਿਵਾਰ ਦੇ ਕੁਝ ਮੈਂਬਰ, ਬਿੱਟੂ ਦੇ ਪਰਿਵਾਰ ਦੇ ਕੁਝ ਮੈਂਬਰ ਮੌਜੂਦ ਨੇ ਅਤੇ ਪੁਲਿਸ ਜਿਹੜੀ ਹੈ ਉਹ ਮੌਜੂਦ ਹੈ। ਯਾਨੀ ਕਿ ਬੈਠਕ ਦੋਵਾਂ ਦੇ ਵਿਚਕਾਰ ਜਾ ਰਹੀ ਹੈ। ਹੁਣ ਕੀ ਸਿੱਟਾ ਨਿਕਲ ਕੇ ਆਏਗਾ, ਕੀ ਕੁਛ ਹੋਏਗਾ, ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਫਿਲਹਾਲ ਦੀ ਵੱਡੀ ਖਬਰ ਦੀ ਗੱਲ ਕਰੀਏ, ਵੱਡੀ ਖਬਰ ਤੁਹਾਨੂੰ ਦੱਸ ਦਈਏ, ਕੈਬਨਿਟੀ ਦੇ ਮੈਂਬਰ ਅਤੇ ਪਰਿਵਾਰ ਦੇ ਮੈਂਬਰ ਬੈਠਕ ਦੇ ਵਿੱਚ ਸ਼ਾਮਿਲ ਨੇ। ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ। ਇੱਕ ਤੋਂ ਬਾਅਦ ਫਿਰ ਇੱਕ ਹੋਰ ਬੈਠਕ ਹੋਏਗੀ। ਤੁਹਾਨੂੰ ਇਹ ਵੀ ਦੱਸ ਦਈਏ, ਡੇਰੇ ਦੀ 45 ਮੈਂਬਰੀ ਕਮੇਟੀ ਦੀ ਬੈਠਕ ਹੋਏਗੀ ਜਿਹੜੀ ਇਸ ਤੋਂ ਬਾਅਦ ਹੋਏਗੀ, ਪਰ ਫਿਲਹਾਲ ਬੈਠਕ ਜਾਰੀ ਹੈ। ਯਾਨੀ ਕਿ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ, ਜਾਣਕਾਰੀ ਦੇ ਮੁਤਾਬਿਕ, ਕਿ ਬੀਤੀ ਦਿਨ ਬੇਟੀ ਆਈ ਸੀ ਬਿੱਟੂ ਦੀ ਗੁਰੂਗ੍ਰਾਮ ਤੋਂ, ਉਹ ਹੁਣ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਜਿਹੜੀ ਮੀਟਿੰਗ ਚੱਲ ਰਹੀ ਹੈ ਇਸ ਦੇ ਵਿੱਚ ਸ਼ਾਮਿਲ ਹੋਣ ਦੀ ਗੱਲ ਆਖੀ ਜਾ ਰਹੀ ਸੀ ਕਿ ਬਿੱਟੂ ਦੀ ਬੇਟੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਅਤੇ ਬੈਠਕ ਜਿਹੜੀ ਹੈ ਪਰਿਵਾਰਕ ਮੈਂਬਰਾਂ ਦੀ, 7 ਮੈਂਬਰ ਨੇ, ਪ੍ਰਸ਼ਾਸਨ ਉਹ ਕਰ ਰਹੇ ਨੇ। ਬੈਠਕ ਦੇ ਵਿੱਚ ਕੀ ਕੁਛ ਨਿਕਲ ਕੇ ਸਾਹਮਣੇ ਆਉਂਦਾ, ਸਿੱਟਾ ਕੀ ਨਿਕਲਦਾ, ਇਹ ਤਾਂ ਵੇਖਣ ਵਾਲੀ ਗੱਲ ਹੋਏਗੀ। ਪਰ ਫਿਲਹਾਲ ਦੱਸੀਏ ਕਿ ਕੋਟਕਪੂਰਾ ਦੇ ਵਿੱਚ ਮਾਹੌਲ ਜਿਹੜਾ ਉਹ ਕਿਤੇ ਨਾ ਕਿਤੇ ਕਾਫੀ ਜ਼ਿਆਦਾ, ਪਰ ਪੁਲਿਸ ਦੇ ਮੁਤਾਬਿਕ ਲੱਗ ਰਿਹਾ ਕਿ ਗਰਮ ਆ ਸਕਦਾ, ਕਿਉਂਕਿ ਉੱਥੇ ਵੱਡੀ ਤਾਦਾਦ ਦੇ ਵਿੱਚ ਡੇਰਾ ਪ੍ਰੇਮੀ ਇਕੱਠੇ ਹੋਣੇ ਸ਼ੁਰੂ ਹੋ ਗਏ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਤਸਵੀਰਾਂ ਉਦੋਂ ਦੀਆਂ ਨੇ, ਉਸ ਵੇਲੇ ਦੀਆਂ ਨੇ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਸਨ, ਮੀਟਿੰਗ ਦੇ ਲਈ ਪਹੁੰਚੇ ਸਨ। ਜਦੋਂ ਮੀਟਿੰਗ ਸ਼ੁਰੂ ਹੋਈ ਹੈ ਉਸ ਵੇਲੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ, ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਡੇਰਾ ਪ੍ਰੇਮੀ ਮੌਜੂਦ ਨੇ ਅਤੇ ਪੁਲਿਸ ਪ੍ਰਸ਼ਾਸਨ ਵੀ ਭਾਰੀ ਪੁਲਿਸ ਬਲ ਤੈਨਾਤ ਹੈ ਇੱਥੇ। ਅਤੇ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕੁਝ ਪਰਿਵਾਰ ਦੇ ਮੈਂਬਰਾਂ ਦੀ ਅਤੇ ਕੁਝ 45 ਮੈਂਬਰੀ ਕਮੇਟੀ ਦੀ ਬੈਠਕ ਜਿਹੜੀ ਹੈ ਉਹ ਜਾਰੀ ਹੈ। ਕੀ ਕੁਛ ਨਿਕਲ ਕੇ ਆਉਂਦਾ ਹੈ ਦੇਖਣ ਵਾਲੀ ਗੱਲ ਹੋਏਗੀ। ਇਸ ਤੋਂ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਪਰ ਉਸਦਾ ਸਿੱਟਾ ਕੁਛ ਨਹੀਂ ਨਿਕਲਿਆ। ਤੇ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ, ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਨਾਲ ਕੀਤੀ ਗਈ ਹੈ ਅਧਿਕਾਰੀਆਂ ਦੇ ਵੱਲੋਂ, ਬਿਨਾਂ ਕੁਛ ਕਹੇ ਨਿਕਲ ਗਏ ਨੇ। ਯਾਨੀ ਕਿ ਸਵਾਲ ਪੁੱਛਿਆ ਗਿਆ, ਮੀਡੀਆ ਕਰਮੀ ਮੌਜੂਦ ਸਨ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਸੋ ਦੱਸੀਏ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਜਿਹਦਾ ਕਤਲ ਕੀਤਾ ਗਿਆ ਨਾਭੇ ਦੀ ਜੇਲ੍ਹ ਦੇ ਵਿੱਚ, ਉਸ ਤੋਂ ਬਾਅਦ 3 ਦਿਨ ਤੋਂ ਇਹ ਮਾਹੌਲ ਜਿਹੜਾ ਉਹ ਲਗਾਤਾਰ ਹੌਲੀ ਹੌਲੀ ਥੋੜ੍ਹਾ ਜਿਹਾ ਗਰਮਾਉਂਦਾ ਨਜ਼ਰ ਆ ਰਿਹਾ, ਕਿਉਂਕਿ ਡੇਰਾ ਪ੍ਰੇਮੀ ਵੱਡੀ ਤਾਦਾਦ 'ਚ ਇਕੱਠੇ ਹੋਏ ਨੇ, ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਗਿਆ ਪਰਿਵਾਰ ਦੇ ਵੱਲੋਂ। ਇਸ ਖਬਰ ਤੇ ਸਾਡੇ ਨਾਲ ਜੁੜੇ ਨੇ ਵਿਨੀਤ ਕਪੂਰ, ਸਾਡੇ ਪੱਤਰਕਾਰ ਜੋ ਕਿ ਕੋਟਕਪੂਰਾ ਪਹੁੰਚੇ। ਜੀ ਵਿਨੀਤ, ਤੁਹਾਡੇ ਤੋਂ ਜਾਣਨਾ ਚਾਹਾਂਗੇ ਹੁਣੇ ਹੁਣੇ ਜਿਹੜੀ ਬੈਠਕ ਹੈ ਚੱਲ ਰਹੀ, ਕੀ ਕੁਛ ਅਪਡੇਟ ਹੈ ਤੁਹਾਡੇ ਕੋਲ? ਬਿਲਕੁਲ, ਦੇਖੋ ਗੁਰਜੋਤ, ਸਿੱਧੇ ਤੌਰ 'ਤੇ ਅਗਰ ਬੈਠਕ ਦੀ ਗੱਲ ਕਰੀਏ ਤਾਂ ਡੇਰੇ ਦੀ ਜਿਹੜੀ 45 ਮੈਂਬਰੀ ਕਮੇਟੀ ਹੈ, ਪਰਿਵਾਰਿਕ ਸਦੱਸਿਆ ਜਿਹੜੇ ਨੇ ਉਹ ਬੈਠਕ ਕਰ ਰਹੇ ਸੀ। ਪ੍ਰਸ਼ਾਸਨਿਕ ਅਮਲਾ ਜਿਹੜਾ ਉਸ ਬੈਠਕ ਦੇ ਵਿੱਚ ਮੌਜੂਦ ਸੀ, ਔਰ ਇਸ ਵਕਤ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਜਿਸ ਕਮਰੇ ਦੇ ਅੰਦਰ ਆ ਬੈਠਕ ਚੱਲ ਰਹੀ ਹੈ, ਉਸ ਵਿੱਚ ਹਜੇ ਵੀ ਜਿਹੜੇ SSP ਨੇ ਉਹ ਮੌਜੂਦ ਨੇ। ਹਾਲਾਂਕਿ DC ਕੁਮਾਰ ਸੌਰਭ ਰਾਜ ਦੀ ਗੱਲ ਕਰੀਏ, ਉਹ ਇੱਥੇ ਬਿਨਾਂ ਕੁਛ ਕਈ ਨਿਕਲ ਚੁੱਕੇ ਨੇ ਇੱਥੇ, ਕਿਉਂਕਿ ਦੁਬਾਰਾ ਬੈਠਕ ਹੋਣੀ ਹਜੇ ਬਾਕੀ ਹੈ, ਕਿਉਂਕਿ ਡੇਰੇ ਦੀ 45 ਮੈਂਬਰੀ ਕਮੇਟੀ ਦੇ ਤਕਰੀਬਨ 8 ਤੋਂ 9 ਮੈਂਬਰ ਜਿਹੜੇ ਨੇ ਉਹ ਇਸ ਬੈਠਕ ਦੇ ਵਿੱਚ ਮੌਜੂਦ ਸੀ। ਜਿਹੜੀਆਂ ਵੀ ਮੰਗਾਂ ਦੇ ਉੱਪਰ ਚਰਚਾ ਹੋਈ ਹੈ, ਹੁਣ ਉਹ ਮੰਗਾਂ 'ਤੇ ਜਿਹੜੀ ਚਰਚਾ ਹੋਈ ਹੈ ਉਸਨੂੰ ਕਮੇਟੀ ਦੇ ਅੰਨੇ ਮੈਂਬਰਾਂ ਦੇ ਕੋਲ ਪਹੁੰਚਾਇਆ ਜਾਏਗਾ, ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਏਗਾ, ਜਿਸ ਤੋਂ ਬਾਅਦ ਕਮੇਟੀ ਦੇ ਜਿਹੜੇ 45 ਮੈਂਬਰ ਨੇ ਉਹ ਅਗਲਾ ਫੈਸਲਾ ਲੈਂਦੇ ਹੋਏ ਨਜ਼ਰ ਆਉਣਗੇ। ਇਸੇ ਕਰਕੇ ਕਿਤੇ ਨਾ ਕਿਤੇ ਹਜੇ ਵੀ SSP ਇੱਥੇ ਮੌਜੂਦ ਨੇ। ਹਾਲਾਂਕਿ DC ਜਿਹੜੇ ਨੇ ਉਹ ਫਿਲਹਾਲ ਇੱਥੋਂ ਨਿਕਲੇ ਨੇ, ਬਿਨਾਂ ਕੁਛ ਕਹੇ ਉਹ ਇੱਥੋਂ ਨਿਕਲੇ ਨੇ। ਕੁਛ ਦੇਰ ਬਾਅਦ ਦੁਬਾਰਾ ਬੈਠਕ ਸ਼ੁਰੂ ਹੋਏਗੀ, ਜਿਹਦੇ ਵਿੱਚ ਦੁਬਾਰਾ ਮੰਗਾਂ ਦੇ ਉੱਪਰ ਚਰਚਾ ਹੋਏਗੀ, ਔਰ ਸਿੱਧੇ ਤੌਰ 'ਤੇ ਕਮੇਟੀ ਜਿਹੜਾ ਉਹ ਆਪਣਾ ਰੁੱਖ ਸਾਫ਼ ਕਰਨ ਦਾ ਕੰਮ ਕਰੇਗੀ ਕਿ ਉਹਨਾਂ ਦਾ ਅਗਲਾ ਸਟੈਂਡ ਕੀ ਹੈ, ਕਿਉਂਕਿ ਸਿੱਧੇ ਤੌਰ 'ਤੇ
एक ही मंग मेन है जिहड़े वो कह रहे हैं कि जिहड़ा महिंद्रपाल दे उपर बेदबी का मामला दर्ज किया गया सी उसनू रद्द किया जाए। उसी मंग दे उपर रेड़का जिहड़ा वो अटकिया होया नज़र आया सी। कमेटी की जिहड़ी बैठक हुई, लंबी बैठक हुई, काफ़ी देर बैठक हुई, पहला जिहड़े कमेटी के मैंबर सी वह इत्थों निकले और उस तो बाद डीसी जिहड़े ने वह बिना कुछ कहे इत्थों निकले ने। कुछ नहीं उन्होंने कहा कि किस मंग ते चर्चा हुई है कि कुछ बैठक का हल निकला। मैंबरां दी गल करिए तां कौन कौन मौजूद सी उस मीटिंग दे विच, क्योंकि कुछ परिवारक मैंबर दस्से जा रहे ने ते सिर्फ 7 मैंबर 45 मैंबरी कमेटी दे दस्से जा रहे ने। बिल्कुल देखो, परिवारिक मैंबरों की गल करिए तो मीटिंग जो हो रही है तो परिवार का कोई ना कोई सदस्य जिहड़ा वो बैठक दे विच जरूर मौजूद हो रहा है, क्योंकि उसकी भी राय लैण का प्रयास किया जा रहा है कि आखिर परिवारिक सदस्य जिहड़े ने वह की कुछ मंग करते हैं। क्योंकि सीधे तौर पर जिथे आ मंग की जा रही है कि बेअदबी दे विचों ना जिहड़ा बाहर कढ़िया जाए, सीधे तौर पर जिहड़ा मामला दर्ज होया उसनू खारिज किया जाए, इस तो इलावा इस पूरे मामले की प्रोपर इन्वेस्टिगेशन की जाए, नाल नाल परिवार को सुरक्षा दी जाए, होर मंगा ते सहमति बनती है, लेकिन जिहड़ा बेअदबी का मामला दर्ज है उसके उपर रेड़का जिहड़ा वह अटकिया होया नज़र आता है, जिसनों लैके तकरीबन 2 बार कल बैठक हुई है और अज पहले दौर की बैठक जिहड़ी है वह खत्म हो चुकी है। दूजे दौर की बैठक जिहड़ी है कुछ ही देर दे विच शुरू होएगी। डीसी SSP की गल करिए उस बैठक दे विच मौजूद रहेंगे, कमेटी के मैंबर जिहड़े ने मौजूद रहेंगे, जिहदे विच स्पष्ट हो पाएगा कि क्या अज महिंद्रपाल उफ बिट्टू का संस्कार होंदा है या फिर नहीं। जी सो रेड़का वाकई उससे अटकिया होया है और थोड़ी देर दे विच शायद सलाह मशवरा करके भी नहीं लगता है कि प्रशासनिक या सीनियर अधिकारी दे नाल उत्ते गल की जाएगी, जो मांग कर रहे हैं फिर उस ते गलबात जड़ी होगी मुकम्मल। बिल्कुल देखो, सीधे तौर पर गुरजोत अगर गल करिए जिस तरह नाल कल 2 दौर की बैठक हुई सी और उन 2 दौरों की बैठक दे विच मंगा ते इस विशेष तौर पर चर्चा हुई सी और सीधे तौर पर जिहड़े प्रशासनिक अमल है उन्होंने समय मंगा सी कि आपां इन मंगा नूं लैके सरकार दे नाल इक वार गलबात करना चाहते हैं कि कुछ आश्वासन जिहड़ा तुहानूं दिता जा सकता है, तो उसी नूं लैके हुण भी बैठक हुई है और सीधे तौर पर प्रशासनिक अमला जिहड़ा वह अज जवाब लेके इत्थे पहुंचा सी कि जिहड़ा 45 मैंबरी कमेटी है या फिर परिवार के जिहड़े सदस्य ने उन्होंने जिहड़ी मंग की है उस मंग नूं लैके सरकार की कुछ कर सकती है, तो उही जवाब इत्थे कमेटी के जिहड़े 7 तों 8 मैंबर इत्थे मौजूद सी उन्होंने दिता गया। हुण कमेटी के मैंबर अन्य जिहड़े कमेटी के मैंबर है यानी 45 मैंबरी जिहड़ी कमेटी है उन्होंने सदस्यों नाल राबता कायम कर रहे हैं, क्योंकि वड्डी संख्या के शरधालू भी इत्थे मौजूद ने, उन्होंने भी कमेटी जिहड़ा अपना फैसला दसण का प्रयास करेगी। जिहड़ा सरकार की तरफों जवाब आया वह भी शरधालुओं नूं दसण का प्रयास किया जाएगा, जिस तों बाद कमेटी जिहड़ी है वह शरधालुओं की इच्छा के अनुसार ही हुण अगला फैसला लेंदी हुई नजर आएगी, लेकिन उसी का इंतजार फिलहाल जिहड़े SSP ने इत्थे मौजूद ने, तुसीं वेख भी सकते हो उन्होंने अंगरक्षक जिहड़े ने बाहर ही खड़े ने, तो हजे भी SSP उसी मीटिंग हॉल के मौजूद ने। DC हालांकि बिना कुछ बोले इत्थों निकले ने, लेकिन कुछ देर बाद DC भी इत्थे पहुंचणगे और उस तो बाद दोबारा बैठक शुरू होएगी, जिहदे विच वेखना होएगा कि क्या सहमति मंगा ते बन पाती है या फिर अज भी महिंद्रपाल का संस्कार जिहड़ा है उस च विलंब हो सकता है। जी ਸ਼ਰਧਾਲੂਆਂ ਦੀ ਗੱਲ ਕੀਤੀ ਹੈ ਵਿਨੀਤ, ਜਾਣਾ ਚਾਹਾਂਗੇ ਹੁਣ ਜਿਹੜੇ ਡੇਰੇ ਦੇ ਪ੍ਰੇਮੀ ਨੇ ਉਹ ਕਿੰਨੇ ਕਿ ਇੱਥੇ ਇਕੱਠੇ ਹੋਏ ਨੇ, ਕਿੰਨੀ ਕੁ ਤਾਦਾਦ ਹੈ, ਅਤੇ ਫਿਰ ਜਿਹੜਾ ਮਾਹੌਲ ਹੈ ਉਸ ਦੇ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਾਂ। बिल्कुल देखो, माहौल की अगर गल करिए तो गुरजोत सीधे तौर पर माहौल जिहड़ा वो जरूर तनावपूर्ण स्थिति जरूर देखने को मिलती है, क्योंकि सीधे तौर पर जिथे वड्डी संख्या दे विच डेरा प्रेमियों का कट इत्थे इकट्ठा हुंदा नज़र आ रहा है, वड्डी संख्या दे विच डेरा प्रेमी इत्थे पहुँचते हुए नज़र आ रहे हैं, जिस तरह नाल प्रशासन ने भी कमान सांभी है, पैरामिलिट्री फोर्सिस नूं जिस तरह से कमान दी गई है उन्होंने द्वारा एक वड्डा फ्लैग मार्च भी कढ़िया गया, और अगर इस नाम चर्चा घर की गल करिए तो बाहर सशस्त्र BSF के जवान जिहड़े ने वह भी इत्थे मौजूद ने, इसी तरह नाल पैरामिलिट्री फोर्स जिहड़ियां ने वह अड्ड अड्ड स्थाना ते लाईयां गईयां ने, तनाव की स्थिति तो जरूर है, लेकिन वड्डा फैसला इत्थे होण वाला है कि क्या अज महिंद्रपाल का संस्कार होंदा है या फिर नहीं। बिल्कुल, यही वड्डा सवाल रहेगा विनीत। तुसीं पल पल दी अपडेट साढ़े तक पहुँचाते रहो, तो फिलहाल लई बहुत बहुत धन्यवाद तुहाडा, तो जानकारी तौर तक पल पल की पहुँचाते रहेंगे। हुणे बैठक हुई है, तुहानू दस दईए कि अजे भी SSP उत्थे मौजूद ने, जबकि DC साहब कुछ बोले बिना उत्थों निकल गए, क्योंकि थोड़ी देर दे विच दोबारा तो बैठक होएगी। जिहड़ा मसला हुण बैठक दे विच सांझा कीता गया, हालांकि जिहड़ा वड्डा मुद्दा है उही है कि बेअदबी मामले दे विचों नाम कढ दिता जावे बिट्टू दा, ते उस नूं लैके हुण जिहड़ी दोबारा तो बैठक होनी है उस दे विच की निकल के आउंदा देखण वाली गल होएगी।